ਸਕ੍ਰੀਨ ਤੇ ਦੇਖ ਸਕਦੇ ਹੋ ਤੁਸੀਂ ਕੁਐਸਚਨਸ ਠੀਕ ਹੈ ਸਭ ਤੋਂ ਪਹਿਲਾ ਨੰਬਰ ਕੁਐਸਚਨ ਹੈ ਸੂਰਜ ਦੀਆਂ ਕਿਰਨਾਂ ਤੋਂ ਕਿਹੜਾ ਵਿਟਾਮਿਨ ਪ੍ਰਾਪਤ ਹੁੰਦਾ ਹੈ ਆਪਾਂ ਨੂੰ ਪਤਾ ਹੈ ਆਪਾਂ ਨੂੰ ਜਿਹੜੇ ਵੀ ਵਿਟਾਮਿਨ ਨੇ ਸਾਰੇ ਜ਼ਰੂਰੀ ਹੁੰਦੇ ਨੇ ਠੀਕ ਹੈ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਵਿਟਾਮਿਨ ਹੈ ਉਹ ਆਪਾਂ ਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ ਠੀਕ ਹੈ ਉਹ ਕਿਹੜਾ ਵਿਟਾਮਿਨ ਹੈ ਉਹ ਹੈਗਾ ਜੀ ਵਿਟਾਮਿਨ ਵਿਟਾਮਿਨ ਡੀ ਠੀਕ ਹੈ ਵਿਟਾਮਿਨ ਡੀ ਜਿਹੜਾ ਆਪਾਂ ਨੂੰ ਸੂਰਜ ਦੀ ਕਿਰਨਾਂ ਤੋਂ ਮਿਲਦਾ ਹੈ ਬਹੁਤ ਸਾਰੇ ਡਾਕਟਰ ਜਿਹੜੇ ਨੇ ਸਲਾਹ ਦਿੰਦੇ ਨੇ ਕਿ ਧੁੱਪ ਦੇ ਵਿੱਚ ਥੋੜੀ देर ਬੈਠ ਕੇ ਧੁੱਪ ਸੇਕੋ ਬਿਕੋਜ਼ ਉਸ ਤੋਂ ਆਪਾਂ ਨੂੰ ਜਿਹੜਾ ਵਿਟਾਮਿਨ ਡੀ ਗੇਨ ਹੁੰਦਾ ਹੈ ਠੀਕ ਹੈ ਤਾਂ ਆਪਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖ ਆਪਾਂ ਨੂੰ ਗ੍ਰੰਥੀ ਪੁੱਛਿਆ ਗਿਆ ਠੀਕ ਹੈ ਸਭ ਤੋਂ ਵੱਡੀ ਜੇਕਰ ਗੱਲ ਕਰੀਏ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਤਾਂ ਉਹ ਤਾਂ ਹੈਗੀ ਆਪਣੀ ਚਮੜੀ ਠੀਕ ਹੈ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਜਾਂ ਆਰਗਨ ਹੈਗਾ ਆਪਣੀ ਚਮੜੀ ਆਪਣੀ ਸਕਿਨ ਪਰ ਹੁਣ ਇਹਨਾਂ ਨੇ ਕੀ ਪੁੱਛਿਆ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਤਾਂ ਜਿਹੜੀ ਗ੍ਰੰਥੀ ਹੈ ਜੀ ਉਹ ਹੈਗੀ ਆਪਣੀ ਜਿਗਰ ਠੀਕ ਹੈ ਜਿਹਨੂੰ ਆਪਾਂ ਲੀਵਰ ਕਹਿ ਦਿੰਨੇ ਆ ਉਹ ਆਪਣੀ ਬੋਡੀ ਦਾ ਹਿਊਮਨ ਬੋਡੀ ਦਾ ਜਿਹੜਾ ਸਭ ਤੋਂ ਵੱਡੀ ਗ੍ਰੰਥੀ ਹੈ ਠੀਕ ਹੈ ਆਪਾਂ ਨੂੰ ਪਤਾ ਹੈ ਕਿ ਆਪਣੇ ਡਾਈਜੈਸਟਨ ਸਿਸਟਮ ਦੇ ਵਿੱਚ ਵੀ ਜਿਹੜਾ ਜਿਗਰ ਹੈ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਇੱਕ ਵਾਰੀ ਜੇਕਰ ਲੀਵਰ ਖਰਾਬ ਹੋਣਾ ਸਟਾਰਟ ਹੋ ਜੇ ਤਾਂ ਉਸ ਦਾ ਫਿਰ ਜਿਹੜਾ ਵਾਪਸ ਤੋਂ ਬਿਲਕੁਲ ਠੀਕ ਹੋ ਜਾਣਾ ਮੁਸ਼ਕਿਲ ਹੁੰਦਾ ਹੈ ਤਾਂ ਇਸ ਕਰਕੇ ਜਿਹੜਾ ਜਿਗਰ ਹੈ ਉਹ ਸਭ ਤੋਂ ਵੱਡੀ ਗ੍ਰੰਥੀ ਹੈ ਤੇ ਇਸ ਦੇ ਬਹੁਤ ਸਾਰੇ ਆਪਣੀ ਬੋਡੀ ਦੇ ਵਿੱਚ ਕੰਮ ਹੁੰਦੇ ਨੇ ਠੀਕ ਹੈ ਤਾਂ ਇਸ ਕਰਕੇ ਦਾ ਜਿਹੜਾ ਸੈਕਿੰਡ ਆਪਸ਼ਨ ਹੈ ਲੀਵਰ ਉਹ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 3 ਅਧਿਆਪਕ ਦਿਵਸ ਕਿਸ ਦੇ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਸਭ ਤੋਂ ਪਹਿਲਾਂ ਗੱਲ ਬਾਣਦੀ ਹੈ ਕਿ ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਜੀ 5 ਸੈਪਟੈਂਬਰ ਨੂੰ ਠੀਕ ਹੈ 5 ਸੈਪਟੈਂਬਰ ਨੂੰ ਆਪਣਾ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ 올 ਓਵਰ ਇੰਡੀਆ ਠੀਕ ਹੈ ਤੇ ਜੇ ਗੱਲ ਕਰੀਏ ਕਿਸ ਦੇ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ ਹੈ ਜੀ ਰਾਧਾ ਕ੍ਰਿਸ਼ਨਨ ਜੀ ਦੇ ਠੀਕ ਹੈ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਵਾਲੇ ਦਿਨ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਇਹਨਾਂ ਨੂੰ ਇਸ ਦਿਨ ਜਿਹੜਾ ਯਾਦ ਕੀਤਾ ਜਾਂਦਾ ਹੈ ਇਹ ਠੀਕ ਹੈ ਤਾਂ অপশন নাম্বার 2 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 4 ਨੈਕਸਟ ਕੁਐਸਚਨ ਦੇਖਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਆਪਣੇ ਟੈਲੀਗ੍ਰam ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਓ ਠੀਕ ਹੈ ਕਿਉਂਕਿ ਜਿੰਨੇ ਵੀ ਮੈਂ ਤੁਹਾਨੂੰ ਜੀਕੇ ਦੇ ਸੈੱਟ ਕਰਾ ਰਹੀਆਂ ਕਰੰਟ ਅਫੇਅਰ ਦੇ ਜਾਂ ਇੰਗਲਿਸ਼ ਦੇ ਕਲਾਸਿਸ ਲੱਗ ਰਹੀਆਂ ਨੇ ਉਹਨਾਂ ਸਾਰਿਆਂ ਦੇ ਜਿਹੜੇ ਪੀਡੀਐਫ ਨੇ ਉਹ ਤੁਹਾਨੂੰ ਟੈਲੀਗ੍ਰam ਗਰੁੱਪ ਤੇ ਵਿੱਚ ਹੀ ਮਿਲਣਗੇ ਤਾਂ ਇਸ ਕਰਕੇ ਟੈਲੀਗ੍ਰam ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈਗਾ ਇਸ ਵੀਡੀਓ ਦੀ ਠੀਕ ਹੈ ਤਾਂ ਜ਼ਰੂਰ ਜਾ ਕੇ ਜੁਆਇਨ ਕਰਿਓ ਸਭ ਤੋਂ ਪਹਿਲਾਂ ਕਿਉਂਕਿ ਉਸ ਦਾ ਜਿਹੜਾ ਜਦੋਂ ਤੁਸੀਂ ਇੱਥੇ ਕੁਐਸਚਨ ਕਰਦੇ ਹੋ ਤਾਂ ਬਾਅਦ ਵਿੱਚ ਤੁਸੀਂ ਪੀਡੀ ਪ੍ਰੈਕਟਿਸ ਜਾਂ ਰਿਵੀਜ਼ਨ ਕਰ ਸਕਦੇ ਹੋ ਪੀਡੀਐਫ ਦੇ ਥਰੂ ਠੀਕ ਹੈ ਤਾਂ ਇਸ ਕਰਕੇ ਉਹਨੂੰ ਟੈਲੀਗ੍ਰam ਨੂੰ ਜਰੂਰ ਜੁਆਇਨ ਕਰ ਲਓ ਤੇ ਜੇਕਰ ਐਫਸੀਆਈ ਦੇ ਰਿਲੇਟਿਡ ਕੋਈ ਵੀ ਨਵੀਂ ਅਪਡੇਟ ਆਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਟੈਲੀਗ੍ਰam ਤੇ ਹੀ ਦੱਸਿਆ ਜਾਵੇਗਾ ਠੀਕ ਹੈ ਵੀਡੀਓਜ਼ ਤੋਂ ਬਾਅਦ ਬਣਦੀ ਹੁੰਦੀ ਹੈ ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਟਾਈਮ ਲੱਗਦਾ ਹੈ ਇਸ ਕਰਕੇ ਟੈਲੀਗ੍ਰam ਗਰੁੱਪ ਨੂੰ ਜਰੂਰ ਜੁਆਇਨ ਕਰ ਲਓ ਠੀਕ ਹੈ ਨੈਕਸਟ ਕੁਐਸਚਨ ਹੈ ਕੰਟਰੋਲ ਸ਼ਿਫਟ ਆਲਟ ਨੂੰ ਕਿਹੜੀਆਂ ਕੀਜ਼ ਕਹਿੰਦੇ ਨੇ ਆਪਾਂ ਨੂੰ ਪਤਾ ਹੈ ਕੰਪਿਊਟਰ ਦੇ ਵਿੱਚ ਕੰਟਰੋਲ ਸ਼ਿਫਟ ਆਲਟ ਇਹ ਕਿਜ਼ ਹੁੰਦੀਆਂ ਨੇ ਹਨਾ ਤਾਂ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਇਹਨਾਂ ਨੂੰ ਫੰਕਸ਼ਨ ਕੀਜ਼ ਕਹਿੰਦੇ ਨੇ ਠੀਕ ਹੈ ਕੰਟਰੋਲ ਸ਼ਿਫਟ ਆਲਟ ਨੂੰ ਕਿਹੜੀਆਂ ਕੀਜ਼ ਕਹਿੰਦੇ ਨੇ ਫੰਕਸ਼ਨ ਕੀਜ਼ ਆਪਾਂ ਨੂੰ ਜਿਹੜੀ ਸਟੈਟਿਕ ਜੀਕੇ ਆਣੀ ਹੈ ਆਪਣੇ ਐਗਜ਼ਾਮ ਦੇ ਵਿੱਚ ਉਹ 8ਥ ਕਲਾਸ ਤੱਕ ਦੇ ਲੈਵਲ ਦੀ ਆਵੇਗੀ ਠੀਕ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਬੇਸਿਕ ਕੰਪਿਊਟਰ ਦੇ ਕੁਐਸਚਨ ਵੀ ਆਣਗੇ এনवायरमेंट ਦੇ ਰਿਲੇਟਿਡ ਵੀ ਆਣਗੇ ਮਤਲਬ ਪੂਰੀ 올 ਓਵਰ ਜੀਕੇ ਜੋ ਥੋੜੇ ਥੋੜੇ ਕੁਐਸਚਨ ਜ਼ਰੂਰ ਪੁੱਛੇ ਜਾਣਗੇ ਤਾਂ ਇਸ ਕਰਕੇ ਸਾਰੇ ਕੁਐਸਚਨ ਉਹੀ ਕਵਰ ਕਰਾਏ ਜਾਂਦੇ ਨੇ ਜਿਹੜੇ ਕਿ ਇੰਪੋਰਟੈਂਟ ਨੇ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰ ਹੋ ਟੈਸਟ ਪਲਾਨੀਟ ਪੁੱਛਿਆ ਠੀਕ ਹੈ ਸਭ ਤੋਂ ਜ਼ਿਆਦਾ ਹੋ ਟੈਸਟ ਪਲਾਨੀਟ ਕਿਹੜਾ ਹੈ ਸਭ ਤੋਂ ਗਰਮ ਗ੍ਰਹਿ ਪੂਰੇ ਸੋਲਰ ਸਿਸਟਮ ਦਾ ਤਾਂ ਉਹ ਹੈਗਾ ਜੀ ਸ਼ੁਕਰ ਠੀਕ ਹੈ ਜਿਹੜਾ ਵੀਨਸ ਪਲਾਨੀਟ ਹੈ ਉਹ ਸਭ ਤੋਂ ਜ਼ਿਆਦਾ ਗਰਮ ਗ੍ਰਹਿ ਹੈ ਹਾਲਾਂਕਿ ਜਿਹੜਾ ਮਰਕਰੀ ਗ੍ਰਹਿ ਉਹ ਸੂਰਜ ਦੇ ਜ਼ਿਆਦਾ ਨੇੜੇ ਹੈ ਠੀਕ ਹੈ ਸੂਰਜ ਦੇ ਬਿਲਕੁਲ ਨੇੜੇ ਹੈ ਮਰਕਰੀ ਰਹਿ ਪਰ ਫਿਰ ਵੀ ਸਭ ਤੋਂ ਜ਼ਿਆਦਾ ਜਿਹੜਾ ਗਰਮ ਗ੍ਰਹਿ ਮੰਨਿਆ ਜਾਂਦਾ ਹੈ ਉਹ ਹੈਗਾ ਜੀ ਆਪਣਾ ਸ਼ੁਕਰ ਗ੍ਰਹਿ ਠੀਕ ਹੈ ਸ਼ੁਕਰ ਗ੍ਰਹਿ ਜਿਹੜਾ ਸਭ ਤੋਂ ਗਰਮ ਪਲਾਨੀਟ ਹੈ ਤਾਂ ਆਪਸ਼ਨ ਨੰਬਰ 2 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐ ਵਾਈਟ ਹਾਊਸ ਕਿਸ ਦੇਸ਼ ਦੇ ਰਾਸ਼ਟਰਪਤੀ ਦਾ ਨਿਵਾਸ ਸਥਾਨ ਹੁੰਦਾ ਹੈ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਇੰਡੀਆ ਦੇ ਰਾਸ਼ਟਰਪਤੀ ਦੀ ਜੇਕਰ ਗੱਲ ਕਰੀਏ ਇੰਡੀਆ ਦੇ ਰਾਸ਼ਟਰਪਤੀ ਦੀ ਉਹਨਾਂ ਨੂੰ ਇੱਕ ਅਲੱਗ ਤੋਂ ਰਾਸ਼ਟਰਪਤੀ ਭਵਨ ਮਿਲਦਾ ਹੈ ਤੁਸੀਂ ਇਮੇਜ 'ਚ ਦੇਖ ਸਕਦੇ ਹੋ ਇਹ ਜਿਹੜਾ ਪੂਰਾ ਭਵਨ ਹੈ ਇਹ ਰਾਸ਼ਟਰਪਤੀ ਭਵਨ ਹੈ ਪੂਰਾ ਠੀਕ ਹੈ ਤਾਂ ਇਹ ਜਿਹੜਾ ਰਾਸ਼ਟਰਪਤੀ ਭਵਨ ਹੈ ਇਹ ਆਪਣੇ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲਦਾ ਹੁੰਦਾ ਹੈ ਤੇ ਜੇ ਗੱਲ ਕਰੀਏ ਇਸ ਕੁਐਸਚਨ ਦੇ ਵਿੱਚ ਵਾਈਟ ਹਾਊਸ ਦੀ ਤਾਂ ਵਾਈਟ ਹਾਊਸ ਕਿਸ ਰਾਸ਼ਟਰਪਤੀ ਦੇ ਨਿਵਾਸ ਸਥਾਨ ਹੁੰਦਾ ਹੈ ਕਿਹੜੇ ਦੇਸ਼ ਦੇ ਤਾਂ ਉਹ ਹੁੰਦਾ ਹੈ ਜੀ ਅਮਰੀਕਾ ਦੇ ਠੀਕ ਹੈ ਯੂਨਾਈਟਿ ਇਹ ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਰਿਹਾ ਵਾਈਟ ਹਾਊਸ ਠੀਕ ਹੈ ਇਹ ਹੈ ਵਾਈਟ ਹਾਊਸ ਜਿਹੜਾ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਰਹਿਣ ਵਜੋਂ ਐਜ਼ ਅ ਨਿਵਾਸ ਸਥਾਨ ਮਿਲਦਾ ਹੁੰਦਾ ਹੈ ਠੀਕ ਹੈ ਤਾਂ ਬਿਲਕੁਲ ਇਹ ਕੁਸ਼ਚਨ ਦਾ ਜਿਹੜਾ ਰਾਈਟ ਆਨਸਰ ਹੈ ਅਮਰੀਕਾ ਹੈ ਵਾਈਟ ਹਾਊਸ ਜਿਹੜਾ ਹੈ ਅਮਰੀਕਾ ਦੇ ਪ੍ਰੈਜ਼ੀਡੈਂਟ ਲਈ ਮਿਲਦਾ ਹੁੰਦਾ ਹੈ ਠੀਕ ਹੈ ਨੈਕਸਟ ਕੁਸ਼ਚਨ ਹੈ ਕੁਸ਼ਚਨ ਨੰਬਰ 7 ਕੀਬੋਰਡ ਉੱਪਰ ਸਭ ਤੋਂ ਲੰਬੀ ਕੀ ਕਿਹੜੀ ਹੈ ਇੱਥੇ ਪਿਕਚਰ ਐਡ ਕੀਤੀ ਗਈ ਹੈ ਇਹ ਪੂਰਾ ਕੀਬੋਰਡ ਹੈ ਦੇਖੋ ਜਿਹੜਾ ਇਸ ਦੇ ਵਿੱਚ ਬਲੂ ਕਲਰ ਦਾ ਅਲੱਗ ਤੋਂ ਕਿਤਾ ਹੋਇਆ ਹੈ ਨਾ ਕਲਰ ਤਾਂ ਇਹ ਜਿਹੜੀ ਹੈ ਸਭ ਤੋਂ ਵੱਡੀ ਕੀ ਹੈ ਤੁਸੀਂ ਪੂਰੇ ਇਸ ਨੂੰ ਐਨਲਾਈਜ਼ ਕਰਕੇ ਦੇਖ ਸਕਦੇ ਹੋ ਸਭ ਤੋਂ ਵੱਡੀ ਕੀ ਜਿਹੜੀ ਆਪਣੀ ਇਹ ਬਲੂ ਕਲਰ ਵਾਲੀ ਹੈ ਹਨਾ ਤਾਂ ਇਸ ਨੂੰ ਜਿਹੜਾ ਸਪੇਸ bar ਕਹਿੰਦੇ ਨੇ ਠੀਕ ਹੈ ਯਾਦ ਰੱਖਿਓ ਇਹਨਾਂ ਨੇ ਕੀ ਕਹਿੰਦੇ ਨੇ ਸਪੇਸ bar ਠੀਕ ਹੈ ਇਸ ਨੂੰ ਤਾਂ ਇਹ ਜਿਹੜੀ ਹੈ ਸਭ ਤੋਂ ਵੱਡੀ ਕੀ ਹੈ ਪੂਰੇ ਕੀਬੋਰਡ ਦੀ ਠੀਕ ਹੈ ਬੇਸਿਕ ਕੁਸ਼ਨ ਹੈ ਇਹ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੋਏਗਾ ਉਹ ਹੋਏਗਾ ਜੀ অপਸ਼ਨ ਨੰਬਰ 3 ਸਪੇਸ bar ਠੀਕ ਹੈ ਕੀਬੋਰਡ 'ਚ ਸਭ ਤੋਂ ਲੰਬੀ ਕੀ ਕਿਹੜੀ ਹੈ ਸਪੇਸ bar ਹੈ ਜਿਹੜੀ ਕਿ ਮੈਂ ਤੁਹਾਨੂੰ ਇੱਥੇ ਦਿਖਾ ਚੁੱਕੀ ਹਾਂ ਬਲੂ ਕਲਰ ਇਸ ਕੁਸ਼ਨ ਹੈ ਕੁਸ਼ਨ ਨੰ ਠੀਕ ਹੈ ਤਾਂ ਜਿਹੜਾ ਮਲੇਰੀਆ ਹੈ ਆਪਾਂ ਨੂੰ ਪਤਾ ਬਹੁਤ ਸਾਰੇ ਕੇਸਿਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਜਿਹੜਾ ਮਲੇਰੀਆ ਹੈ ਉਹ ਜਿਹੜਾ ਜੇ ਉਹਦੀ ਗੱਲ ਕਰੀਏ ਮਲੇਰੀਆ ਫਹਾਕਦੀ ਠੀਕ ਹੈ ਜਿਹੜੇ ਮਲੇਰੀਆ ਫੈਲਾਉਂਦੇ ਨੇ ਉਹ ਤਾਂ ਫੈਲਾਉਂਦੇ ਨਹੀਂ ਜੀ ਮੱਛਰ ਠੀਕ ਹੈ ਮੱਛਰਾਂ ਦੇ ਦੁਆਰਾ ਉਹ ਫੈਲਦਾ ਏ ਠੀਕ ਹੈ ਲੇਕਿਨ ਕਿਹੜੀ ਚੀਜ਼ ਕਰਕੇ ਉਹ ਮੱਛਰਾਂ ਦੇ ਵਿੱਚ ਜਾਂਦਾ ਹੈ ਤਾਂ ਉਹ ਹੁੰਦੀ ਹੈ ਜੀ ਪ੍ਰੋਟੋਜ਼ੋਆ ਠੀਕ ਹੈ ਪ੍ਰੋਟੋਜ਼ੋਆ ਨਾ ਜਿਹੜਾ ਹੁੰਦਾ ਏ ਉਹ ਮੱਛਰਾਂ ਦੇ ਵਿੱਚ ਜਾਂਦਾ ਹੈ ਮੱਛਰਾਂ ਤੋਂ ਥਰੂ ਜਿਹੜਾ ਮਲੇਰੀਆ ਆਪਣੇ ਵਿੱਚ ਫੈਲਦਾ ਏ ਠੀਕ ਹੈ ਤਾਂ অপਸ਼ਨ ਨੰਬਰ 2 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਪ੍ਰੋਟੋਜ਼ੋਆ ਮਲੇਰੀਆ ਨਾ ਤਾਂ ਕਿਸੇ ਵਾਇਰਸ ਨਾਲ ਫੈਲਦਾ ਤੇ ਨਾ ਹੀ ਕਿਸੇ ਬੈਕਟੀਰੀਆ ਨਾਲ ਠੀਕ ਹੈ ਇਹ ਫੈਲਦਾ ਜੀ ਪ੍ਰੋਟੋਜ਼ੋਆ ਨਾਮ ਉਹ ਪ੍ਰੋਟੋਜ਼ੂਆ ਕਰਕੇ ਹੀ ਜਿਹੜਾ ਮਲੇਰੀਆ ਫੈਲਦਾ ਹੈ ਠੀਕ ਹੈ ਤਾਂ অপਸ਼ਨ ਨੰਬਰ 2 ਬਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 9 ਲਾਲ ਰਕਤਾਣੂ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ ਆਪਣੇ ਆਪ ਨੂੰ ਪਤਾ ਆਪਣੇ ਬਲੱਡ ਦੇ ਵਿੱਚ ਕਿੰਨਾ ਕੁਝ ਹੁੰਦਾ ਹੈ ਆਰਬੀਸੀ ਰੈੱਡ ਬਲੱਡ 셀 ਡਬਲਯੂਬੀਸੀ ਵਾਈਟ ਬਲੱਡ 셀 ਹੈ ਨਾ ਪਲੇਟलेट्स ਹੋਗੇ ਪਲਾਜ਼ਮਾ ਹੋਗੇ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਤਾਂ ਜਿਹੜਾ ਆਪਣਾ ਰੈੱਡ ਬਲੱਡ 셀 ਹੈ ਉਸ ਦੀ ਗੱਲ ਕਰ ਰਿਹਾ ਹੈ ਇਹ ਜਿਹੜਾ ਆਪਣਾ ਰੈੱਡ ਬਲੱਡ 셀 ਹੈ ਉਸ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ ਲਾਲ ਰਕਤਾਣੂ ਦਾ ਜੀਵਨ ਕਾਲ ਲਾਈਫ ਸਪੈ ਠੀਕ ਹੈ ਕਿੰਨੇ ਟਾਈਮ ਤੱਕ ਜਿਹੜਾ ਲਾਲ ਬਕਾਨ ਜਿਹੜਾ ਜਿਉਂਦਾ रह ਸਕਦਾ ਹੈ ਉਸ ਤੋਂ ਬਾਅਦ ਜਿਹੜੀ ਆ ਉਸ ਦਾ ਜਿਹੜੀਆਂ ਖਤਮ ਹੋ ਜਾਂਦਾ ਹੈ ਠੀਕ ਹੈ ਤਾਂ ਉਹ ਜਿਹੜਾ ਹੁੰਦਾ 120 ਦਿਨ ਹੁੰਦਾ ਹੈ ਠੀਕ ਹੈ ਰੈੱਡ ਬਲੱਡ ਸੈੱਲ ਦਾ ਜਿਹੜਾ ਲਾਈਫ ਸਪੈਨ ਆ 120 ਦਿਨ ਹੁੰਦਾ ਹੈ 120 ਦਿਨ ਤੱਕ ਉਹ ਜਿਹੜਾ ਜਿੰਦਾ ਰਹਿ ਸਕਦਾ ਆਪਣਾ ਰੈੱਡ ਬਲੱਡ ਸੈੱਲ ਜੇਕਰ ਗੱਲ ਕਰੀਏ ਕਿੱਥੇ ਬਣਦੇ ਨੇ ਤਾਂ ਇਹ ਬਣਦੇ ਨੇ ਜੀ ਬੋਨ ਮੈਰੋ ਦੇ ਵਿੱਚ ਕਿੱਥੇ ਬਣਦੇ ਨੇ ਬੋਨ ਮੈਰੋ ਦੇ ਵਿੱਚ ਤੇ ਖਤਮ ਕਿੱਥੇ ਜਾ ਮੰਨ ਲਓ ਇਹ 120 ਦਿਨ ਪੂਰੇ ਹੋ ਗਏ ਠੀਕ ਹੈ ਖਤਮ ਹੋ ਗਿਆ ਤਾਂ ਇਹ ਕਿੱਥੇ ਜਾ ਕੇ ਹੋਏਗਾ ਬਲੱ ਸਾਨੂੰ ਸਪਲੀਨ ਕਹਿੰਦੇ ਹਨ ਐਸ ਪੀ ਐਲ ਡਬਲ ਈ ਐਨ ਸਪਲੀਨ ਉਸ ਦੇ ਵਿੱਚ ਜਾ ਕੇ ਜਿੰਨੇ ਵੀ ਆਪਣੇ ਬਲੱਡ ਸੈੱਲ ਨੇ ਚਾਹੇ ਉਹ ਡਬਲ 🇼🇼 ਸੀ ਹੈ ਚਾਹੇ ਉਹ ਆਰ ਬੀ ਸੀ ਹੈ ਇਹ ਸਾਰੇ ਉੱਥੇ ਜਾ ਕੇ ਖਤਮ ਹੋ ਜਾਂਦੇ ਨੇ ਠੀਕ ਹੈ ਤਾਂ ਜਿਹੜਾ ਕਬਰਿਸਤਾਨ ਆਫ ਬਲੱਡ ਹੈ ਉਹ ਵੀ ਪਲੀਹਾ ਨੂੰ ਹੀ ਕਹਿੰਦੇ ਨੇ ਸਪਲੀਨ ਨੂੰ ਠੀਕ ਹੈ ਤਾਂ ਜਿਹੜਾ ਆਪਣਾ ਬਣਦਾ ਕਿੱਥੇ ਹੈ ਇਹ ਇਹ ਬਣਦਾ ਬੋਨ ਮੈਰੋ ਦੇ ਵਿੱਚ ਖਤਮ ਕਿੱਥੇ ਹੁੰਦਾ ਹੈ ਸਪਲੀਨ ਦੇ ਵਿੱਚ ਠੀਕ ਹੈ ਆਪਾਂ ਪੜ ਸਕਦੇ ਹਾਂ ਜਿਹੜੇ ਬੋਨ ਮੈਰੋ ਦੇ ਵਿੱਚ ਬਣਦੇ ਨੇ ਤੇ ਬਲੱਡ ਦੇ ਵਿੱਚ ਫਾਊਂਡ ਹੁੰਦੇ ਨੇ ਰੈੱਡ ਬਲੱਡ ਸੈੱਲਸ ਕੰਟੇਨ ਅ ਪ੍ਰੋਟੀਨ ਕਾਲਡ ਹਿਮੋਗ ਠੀਕ ਹੈ ਰੈੱਡ ਬਲੱਡ ਸੈੱਲ ਦੇ ਵਿੱਚ ਜਿਹੜਾ ਲਾਲ ਰੰਗ ਦਾ ਬਲੱਡ ਹੁੰਦਾ ਉਸ ਦੇ ਵਿੱਚ ਹਿਮੋਗਲੋਬਿਨ ਪਾਇਆ ਜਾਂਦਾ ਹੈ ਹਿਮੋਗਲੋਬਿਨ ਦੇ ਕਾਰਨ ਹੀ ਆਪਣਾ ਬਲੱਡ ਜਿਹੜਾ ਹੈ ਉਹ ਰੈੱਡ ਕਲਰ ਦਾ ਹੁੰਦਾ ਹੈ ਠੀਕ ਹੈ ਮੰਨ ਲਓ ਆਪਣੇ ਬਲੱਡ ਦੇ ਵਿੱਚੋਂ ਹਿਮੋਗਲੋਬਿਨ ਕੱਢ ਦਿੱਤਾ ਜਾਵੇ ਤਾਂ ਆਪਣਾ ਜਿਹੜਾ ਬਲੱਡ ਹੈ ਬਿਲਕੁਲ ਕਲਰਲੈਸ ਹੋ ਜਾਏਗਾ ਰੰਗਹੀਣ ਹੋ ਜਾਏਗਾ ਠੀਕ ਹੈ ਜਿਹੜਾ ਉਸ ਦਾ ਲਾਲ ਰੰਗ ਹੈ ਉਹ ਹਿਮੋਗਲੋਬਿਨ ਦੇ ਕਰਕੇ ਹੀ ਹੈ ਠੀਕ ਹੈ ਤਾਂ ਇਹ ਜਿਹੜਾ ਰੈੱਡ ਬਲੱਡ ਸੈੱਲ ਦੇ ਵਿੱਚ ਹਿਮੋਗਲੋਬਿਨ ਪਾਇਆ ਜਾਂਦਾ ਹੈ ਜਿਹੜਾ ਕਿ ਆਕਸੀਜਨ ਨੂੰ ਕੈਰੀ ਕਰਦਾ ਹੈ ਤੇ ਆਪਣੇ ਠੀਕ ਹੈ ਰੈੱਡ ਬਲੱਡ 셀 ਦਾ ਕੰਮ ਹੈ ਕਿ ਆਕਸੀਜਨ ਨੂੰ ਲੈਣਾ ਤੇ ਉਸ ਨੂੰ ਲੰਗਸ ਤੋਂ ਠੀਕ ਹੈ ਉਹਦੇ ਤੋਂ ਫੇਫੜਿਆਂ ਤੋਂ ਲੈ ਕੇ ਫਿਰ ਉਸ ਨੂੰ ਪੂਰੀ ਬੋਡੀ ਤੱਕ ਪਹੁੰਚਾਉਣਾ ਇਹ ਕਿਹਦਾ ਕੰਮ ਹੈ ਇਹ ਹੈਗਾ ਜੀ ਆਰ ਬੀ ਸੀ ਦਾ ਕੰਮ ਤਾਂ ਜਿਹੜਾ ਲਾਲ ਰਕਤਾ ਉਹਨਾਂ ਦਾ ਜੀਵਨ ਕਾਲ ਮੈਂ ਦੱਸ ਚੁੱਕਿਆ 120 ਦਿਨ ਹੁੰਦਾ ਹੈ অপਸ਼ਨ ਨੰਬਰ 2 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 10 ਛੱਤਬੀਰ ਚਿੜੀਆ ਘਰ ਕਿੱਥੇ ਹੈ ਕਈਆਂ ਨੇ ਇਹ ਸ਼ਾਇਦ ਦੇਖਿਆ ਹੋਵੇ ਜਰੂਰ ਜਾ ਕੇ ਠੀਕ ਹੈ ਜਦੋਂ ਆਪਾਂ ਇਧਰ ਮੋਹਾਲੀ ਵਾਲੀ ਸਾਈਡ ਜਾਂਦੇ ਆ ਤਾਂ ਰਾਹ ਦੇ ਵਿੱਚ ਆਂਦਾ ਹੈ ਇਹ ਮੋਹਾਲੀ ਦੇ ਵਿੱਚ ਹੈ ਠੀਕ ਹੈ ਛੱਤਬੀਰ ਚਿੜਿਆਕਰ ਮੋਹਾਲੀ ਦੇ ਵਿੱਚ ਹੈ ਜਦੋਂ ਤੁਸੀਂ ਇਧਰ ਰਾਜਪੁਰਾ ਰੋਡ ਨੂੰ ਸਿੱਧਾ ਜਾਂਦੇ ਹੋ ਚੰਡੀਗੜ੍ਹ ਜਾਂ ਇਧਰਲੇ ਰੋਡ ਤੇ ਤਾਂ ਤੁਹਾਨੂੰ ਰਾਤ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਹ ਮੋਹਾਲੀ ਠੀਕ ਹੈ ਤਾਛਤਬੀਰ ਚਿੜੀਆ ਘਰ ਜਿਹੜਾ ਮੁਹਾਲੀ ਦੇ ਵਿੱਚ ਆ অপਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਬਹੁਤ سارے ਲੋਕ ਆਪਣੀਆਂ ਵਕੇਸ਼ਨਸ ਦੇ ਵਿੱਚ ਇੱਥੇ ਘੁੰਮਣ ਆਉਂਦੇ ਨੇ ਠੀਕ ਹੈ ਲੋਕ ਇੱਥੇ ਬਹੁਤ ਸਾਰੇ ਪਸ਼ੂ ਪੰਛੀ ਨੂੰ ਦੇਖਣ ਆਉਂਦੇ ਨੇ ਸਪੈਸ਼ਲ ਤੌਰ ਤੇ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ 3 ਹੈ ਮੁਹਾਲੀ ਨੈਕਸਟ ਕੁਐਸ਼ਨ ਹੈ ਕੁਐਸ਼ਨ ਨੰਬਰ 11ਵਾਂ ਰੌਪੜ ਦੇ ਵਿੱਚ ਕਿਹੜੀ ਪੰਜਾਬੀ ਦੀ ਉਪਬੋਲੀ ਵਰਤੀ ਜਾਂਦੀ ਹੈ ਆਪਾਂ ਨੂੰ ਪਤਾ ਹੈ ਆਪਣੀ ਪੰਜਾਬੀ ਦੀਆਂ ਬਹੁਤ ਸਾਰੀਆਂ ਉਪ ਬੋਲੀਆਂ ਨੇ ਮਾਝੀ ਮਲਵਈ ਹੋਗੀ ਦੁਆਬੀ ਪੁਆਦੀ ਹਨਾ ਕੋਠਵਾਰੀ ਤਾਂ ਇਹ ਸਾਰੀਆਂ ਜਿਹੜੀਆਂ ਨੇ ਉਪ ਬੋਲੀਆਂ ਨੇ ਆਪਣੀ ਪੰਜਾਬੀ ਭਾਸ਼ਾ ਦੀਆਂ ਤਾਂ ਇੱਕ ਖਾਸ ਇਲਾਕਾ ਆਪਾਂ ਨੂੰ ਪੁੱਛਿਆ ਗਿਆ ਰੋਪੜ ਦੇ ਵਿੱਚ ਕਿਹੜੀ ਪੰਜਾਬੀ ਦੀ ਉਪ ਬੋਲੀ ਵਰਤੀ ਜਾਂਦੀ ਹੈ ਤਾਂ ਇਹ ਵਰਤੀ ਜਾਂਦੀ ਹੈ ਜੀ ਪੁਆਦੀ ਠੀਕ ਹੈ ਪੁਆਦੀ ਜਿਹੜੀ ਉਪ ਬੋਲੀ ਹੈ ਰੋਪੜ ਦੇ ਵਿੱਚ ਵਰਤੀ ਜਾਂਦੀ ਹੈ ਜਿਹੜੇ ਜਿਨ੍ਹਾਂ ਦੀ ਲੈਂਗੁਏਜ ਇਹ ਹੋਵੇਗੀ ਪੁਆਦੀ ਉਹਨਾਂ ਨੂੰ ਪਤਾ ਹੋਵੇਗਾ ਠੀਕ ਹੈ ਤਾਂ অপਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਪੁਆਦੀ ਜਿਹੜਾ ਇਧਰਲਾ ਨਿਚਲਾ ਹਿੱਸਾ ਹੈ ਪੰਜਾਬ ਦਾ ਜਿੱਦਾਂ ਹੈ ਸਾਹਿਬਜ਼ਾਦਾ ਜੀਤ ਸਿੰਘ ਨਗਰ ਹੋ ਗਿਆ ਰੋਪੜ ਹੋ ਗਿਆ ਹਨਾ ਤੇ ਪਟਿਆਲਾ ਦਾ ਪੱਛਮੀ ਹਿੱਸਾ ਰਾਜਪੁਰਾ ਵਾਲੀ ਸਾਈਡ ਇਹ ਸਾਰੇ ਪੁਆਦੀ ਦੇ ਅੰਦਰ ਹੀ ਆਉਂਦੇ ਨੇ ਠੀਕ ਹੈ ਇੱਥੇ ਜ਼ਿਆਦਾਤਰ ਪੁਆਦੀ ਬੋਲੀ ਜਾਂਦੀ ਹੈ ਠੀਕ ਹੈ ਤਾਂ অপਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਸਾਡੇ ਇੱਧਰ ਵੀ ਪੁਆਦੀ ਹੀ ਬੋਲੀ ਜਾਂਦੀ ਹੈ ਹਾਲਾਂਕਿ ਪਿਓਰ ਪੁਆਦੀ ਨਹੀਂ ਬੋਲੀ ਜਾਂਦੀ ਵਿੱਚ ਮਿਕਸ ਅਪ ਹੁੰਦੀ ਹੈ ਸਾਰੀ ਲੈਂਗੁਏਜ ਤੇ ਜਿਹੜੀ ਜ਼ਿਆਦਾਤਰ ਅਸੀਂ ਇੱਧਰ ਰਾਜਪੁਰੇ ਵਾਲੇ ਏਰੀਆ ਚ ਆ ਜਾਂਦੇ ਹਾਂ ਨਾ ਬਿਲਕੁਲ ਤਾਂ ਇਸ ਕਰਕੇ ਇੱਧਰ ਜਿਹੜੀ ਹੈ ਪੁਆਦੀ ਬੋਲੀ ਜਾਂਦੀ ਹੈ অপਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਰੋਪੜ ਦੇ ਵਿੱਚ ਨੈਕਸਟ ਕੁਐਸਚਨ ਹੈ ਠੀਕ ਹੈ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਵੀ ਜਰੂਰ ਦੱਸਿਓ ਕਿ ਤੁਸੀਂ ਕਿੱਥੋਂ ਮੇਰੀ ਵੀਡੀਓ ਦੇਖ ਰਹੇ ਹੋ ਠੀਕ ਹੈ ਕਿਹੜੀ ਜਗ੍ਹਾ ਤੋਂ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਹੋ ਮੈਨੂੰ ਜਰੂਰ ਦੱਸਿਓ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਨੈਕਸਟ ਕੁਐਸਚਨ ਹੈ ਕੋਲੀਫਾਰਮ ਕੀ ਹੁੰਦਾ ਹੈ ਠੀਕ ਹੈ ਕੋਲੀਫਾਰਮ ਪੁੱਛਿਆ ਗਿਆ ਹੈ ਆ ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕਾਫੀ ਸਾਰਾ ਝੁੰਡ ਜਿਹਾ ਬਣਿਆ ਹੋਇਆ ਇਹ ਕੋਲੀਫਾਰਮ ਹੈ ਇਸ ਨੂੰ ਕੋਲੀਫਾਰਮ ਕਹਿੰਦੇ ਨੇ ਠੀਕ ਹੈ ਮੈਂ ਜ਼ੂਮ ਕਰਕੇ ਦਿਖਾ ਦਿੰਨੀ ਆ ਇਹ ਕੋਲੀਫਾਰਮ ਹੈ ਇਹ ਕਿਹੜੀ ਚੀਜ਼ ਦਾ ਹੁੰਦਾ ਹੈ ਇਹ ਜਿਹੜਾ ਹੈ ਨਾ ਇਹ ਬੈਕਟੀਰੀਆ ਦੇ ਝੁੰਡ ਨੂੰ ਕਹਿੰਦੇ ਨੇ ਠੀਕ ਹੈ ਗਰੁੱਪ ਆਫ ਬੈਕਟੀਰੀਆ ਇਹ ਸਾਰੇ ਜਿਹੜੇ ਨੇ ਇਹ ਬੈਕਟੀਰੀਆ ਨੇ ਇਹਨਾਂ ਸਾਰਿਆਂ ਦੇ ਇੱਕ ਇਕੱਠ ਨੂੰ ਗਰੁੱਪ ਨੂੰ ਕੋਲੀਫਾਰਮ ਕਹਿੰਦੇ ਨੇ অপਸ਼ਨ ਨੰਬਰ 1 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਗਰੁੱਪ ਆਫ ਬੈਕਟੀਰੀਆ ਠੀਕ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 13 ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਿੱਥੇ ਸਥਿਤ ਹੈ ਇਹ ਬਹੁਤ ਜ਼ਿਆਦਾ ਫੇਮਸ ਯੂਨੀਵਰਸਿਟੀ ਹੈ ਠੀਕ ਹੈ ਕਈ ਸ਼ਾਇਦ ਕਈਆਂ ਨੇ ਇੱਥੋਂ ਸਟੱਡੀ ਵੀ ਕੀਤੀ ਹੋਵੇ ਇਹ ਜਿਹੜੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਲੋਕੇਟਿਡ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਠੀਕ ਹੈ ਆਪਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਫਤਿਹਗੜ੍ਹ ਸਾਹਿਬ ਜ ਜਿਨ੍ਹਾਂ ਕੇ ਸ਼ਹੀਦਾਂ ਦੀ ਧਰਤੀ ਕਹਿੰਦੇ ਹਨ ਠੀਕ ਹੈ ਉੱਥੇ ਇਹ ਯੂਨੀਵਰਸਿਟੀ ਜਿਹੜੀ ਹੈ ਲੋਕੇਟਿਡ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 1 ਠੀਕ ਹੈ ਕਿਹੜੀ ਫਸਲ ਹੈ ਜਿਸ ਨੂੰ ਕੀ 골ਡਨ ਫਾਈਬਰ ਕਹਿੰਦੇ ਹਨ ਤਾਂ ਇਹ ਕਹਿੰਦੇ ਨੇ ਜੀ ਜੂਟ ਨੂੰ ਠੀਕ ਹੈ ਮੈਂ ਅੱਗੇ ਇਮੇਜ ਦਿਖਾ ਦਿੰਨੀ ਆ ਤੁਹਾਨੂੰ ਜੂਟ ਜਿਹੜੀ चीज ਦੀ ਆਪਾਂ ਕਈ ਵਾਰੀ ਬੈਗ ਵਗੈਰਾ ਯੂਜ਼ ਕਰਦੇ ਆ ਉਸ ਨੂੰ ਕਹਿੰਦੇ ਹਨ ਠੀਕ ਹੈ ਇੱਥੇ ਇਮੇਜ ਐਡ ਕੀਤੀ ਗਈ ਹੈ ਇਹ ਠੀਕ ਹੈ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਜੂਟ ਤਾਂ ਇਸ ਨੂੰ ਜਿਹੜਾ 골ਡਨ ਫਾਈਬਰ ਕਹਿੰਦੇ ਹਨ ਇਹਨਾਂ ਦੇ ਰੇਸ਼ਿਆਂ ਤੋਂ ਹੀ ਫਸਲਾਂਾਂ ਦੇ ਵਿੱਚੋਂ ਰੇਸ਼ਿਆਂ ਦੇ ਨਾਲ ਹੀ ਇਹ ਬਣਾਈ ਜਾਂਦੇ ਨੇ ਠੀਕ ਹੈ ਤਾਂ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਇਸ ਨੂੰ ਜਿਹੜਾ 골ਡਨ ਫਾਈਬਰ ਕਹਿੰਦੇ ਨੇ ਕਿਸ ਨੂੰ ਕਹਿੰਦੇ ਨੇ ਜੂਟ ਨੂੰ ਕਹਿੰਦੇ ਨੇ অপਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 15 ਕਿਸ ਭਾਰਤੀ ਮਹਿਲਾ ਨੇ ਸਭ ਤੋਂ ਪਹਿਲਾਂ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਠੀਕ ਹੈ ਕਿਹੜੀ ਇੰਡੀਅਨ ਫੀਮੇਲ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨੋਬਲ ਪੁਰਸਕਾਰ ਨੋਬਲ ਪੁਰਸਕਾਰ ਤਾਂ ਨੋਬਲ ਪੁਰਸਕਾਰ ਪੁੱਛਿਆ ਠੀਕ ਹੈ ਕਿਹੜੀ ਇੰਡੀਅਨ ਮਹਿਲਾ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨੋਬਲ ਪੁਰਸਕਾਰ ਪ੍ਰਾਪਤ ਕੀਤਾ ਤਾਂ ਉਹ ਹੈਗੇ ਸੀ ਜੀ ਮਦਰ ਟ੍ਰੇਸਾ ਠੀਕ ਹੈ অপਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਮਦਰ ਟ੍ਰੇਸਾ ਇਹਨਾਂ ਨੂੰ ਸਭ ਤੋਂ ਪਹਿਲਾਂ ਨੋਬਲ ਪੁਰਸਕਾਰ ਮਿਲਿਆ ਸੀ ਕਿਉਂਕਿ ਇਹਨਾਂ ਨੇ ਸਮਾਜ ਦੇ ਭਲਾਈ ਦੇ ਹਿੱਤ ਦੇ ਵਿੱਚ ਕੰਮ ਕਰਿਆ ਸੀ ਠੀਕ ਹੈ ਤਾਂ ਇਸ ਕਰਕੇ ਜਿਹੜਾ ਇਹਨਾਂ ਨੂੰ ਨੋਬਲ ਪੁਰਸਕਾਰ ਨਾਲ ਨਵਾਜ਼ਿਆ ਗਿਆ ਤਾਂ অপਸ਼ਨ ਨੰਬਰ 3 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਧਰਤੀ ਦਾ ਕੁਦਰਤੀ ਉਪਗ੍ਰਹਿ ਕਿਹੜਾ ਹੈ ਨੇਚਰਲ ਸੈਟੇਲਾਈਟ ਪੁੱਛਿਆ ਗਿਆ ਆਪਣੀ ਅਰਥ ਦਾ ਠੀਕ ਹੈ ਕਿਹੜਾ ਹੈ ਚੰ드ਰਮਾ ਬੁੱਧ ਸ਼ੁਕਰ ਜਾਂ ਆਰੀਆਪਟ ਤਾਂ ਦੇਖੋ ਜਿਹੜਾ ਧਰਤੀ ਦਾ ਕੁਦਰਤੀ ਉਪਗ੍ਰਹ ਹੈ ਠੀਕ ਹੈ ਤਾਂ ਉਹ ਹੈਗਾ ਜੀ ਚੰ드ਰਮਾ ਠੀਕ ਹੈ ਮੂਨ ਕਿਉਂਕਿ ਬੁੱਧ ਜਿਹੜਾ ਬੁੱਧ ਨਹੀਂ ਹੋ ਸਕਦਾ ਕਿਉਂਕਿ ਇਹ ਇੱਕ ਪਲੈਨਟ ਹੈ ਠੀਕ ਹੈ ਤਾਂ ਇਹ অপਸ਼ਨ ਕੱਟ ਜਾਂਦਾ ਹੈ ਸ਼ੁਕਰ ਵੀ ਇੱਕ ਪਲੈਨਟ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਆਰੀਆਪਟ ਦੀ ਤਾਂ ਇਹ ਵੀ ਇੱਕ ਆਰਟੀਫੀਸ਼ੀਅਲ ਸੈਟੇਲਾਈਟ ਹੈ ਠੀਕ ਹੈ ਜਦੋਂ ਕਿ ਆਪਾਂ ਨੂੰ ਕੁਦਰਤੀ ਪੁੱਛਿਆ ਗਿਆ ਹੈ ਤਾਂ ਬਿਲਕੁਲ ਜਿਹੜਾ ਧਰਤੀ ਦਾ ਕੁਦਰਤੀ ਉਪਗ੍ਰਹ ਹੈਗਾ ਉਹ ਹੈਗਾ ਜੀ ਚੰ드ਰਮਾ ਠੀ ਨੈਕ ਹੋਰ ਜੇ ਗੱਲ ਕਰੀਏ ਮੂਨ ਦੇ ਬਾਰੇ ਤਾਂ ਜਿਹੜਾ ਮੂਨ ਹੈ ਉਹ ਅਰਥ ਦਾ ਓਨਲੀ ਨੈਚੁਰਲ ਸੈਟੇਲਾਈਟ ਹੈ ਠੀਕ ਹੈ ਇੱਕੋ ਇੱਕ ਕੁਦਰਤੀ ਨੈਚੁਰਲ ਸੈਟੇਲਾਈਟ ਹੈ ਤੇ ਇਹ 5th ਲਾਰਜੇਸਟ ਸੈਟੇਲਾਈਟ ਹੈ ਆਪਣੇ ਸੋਲਰ ਸਿਸਟਮ ਦਾ ਠੀਕ ਹੈ ਕਿੰਵਾ ਹੈ 5th ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਠੀਕ ਹੈ ਇਟ ਇਜ਼ ਦਾ ਲਾਰਜੈਸਟ ਨੇਚਰਲ ਸੈਟੇਲਾਈਟ ਇਨ ਦਾ ਸੋਲਰ ਸਿਸਟਮ ਰਿਲੇਟਿਵ ਟੂ ਦਾ ਸਾਈਜ਼ ਆਫ ਪਲੈਨਟ ਠੀਕ ਹੈ ਬਾਕੀ ਪਲੈਨਟ ਦੇ ਸਾਈਜ਼ ਦੇ ਅਕੋਰਡਿੰਗ ਇਹ ਜਿਹੜਾ ਨੇਚਰਲ ਸੈਟੇਲਾਈਟ ਹੈ ਆਪਣੇ ਅਰਥ ਦਾ ਉਸ ਤੋਂ ਬਾਅਦ ਜੇ ਗੱਲ ਕਰੀਏ ਦਾ ਮੂਨ ਇਜ਼ ਅ ਨੋਨ ਲੂਮੀਨਸ ਨੋਨ ਲੂਮੀਨਸ ਕੀ ਹੁੰਦਾ ਜਿਹਦੇ ਜਿਹਦੀ ਕੀ ਆਪਣੀ ਰੋਸ਼ਨੀ ਨਹੀਂ ਹੁੰਦੀ ਜਿੱਦਾਂ ਹੁਣ ਆਪਾਂ ਨੂੰ ਪਤਾ ਹੈ ਜਿਹੜਾ ਚੰਦ ਹੈ ਉਹ ਪੂਰਾ ਚਮਕਦਾ ਹੈ ਪਰ ਇਹ ਜਿਹੜਾ ਇਸ ਦੀ ਕੋਈ ਆਪਣੀ ਰੋਸ਼ਨੀ ਨਹੀਂ ਹੈਗੀ ਇਹ ਜਿਹੜਾ ਸੂਰਜ ਦੀ ਰੋਸ਼ਨੀ ਨਾਲ ਚਮਕਦਾ ਹੈ ਠੀਕ ਹੈ ਤਾਂ ਜਿਹੜਾ ਚੰਦ ਹੈ ਉਸ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈਗੀ ਠੀਕ ਹੈ ਤਾਂ ਜਿਹੜਾ ਆਪਣਾ ਧਰਤੀ ਦਾ ਕੁਦਰਤੀ ਉਪਗ੍ਰਹ ਹੈਗਾ ਉਹ ਹੈਗਾ ਜੀ ਮੂਨ ਚੰਦਰਮਾ ਠੀਕ ਹੈ অপਸ਼ਨ ਨੰਬਰ 1 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਸ਼ਚਨ ਹੈ ਕੁਸ਼ਚਨ ਨੰਬਰ 17ਵਾਂ ਆਗਰਾ ਕਿਸ ਨਦੀ ਦੇ ਕੰਢੇ ਵਸਿਆ ਹੋਇਆ ਹੈ ਜਿਹੜਾ ਆਪਣਾ ਆਗਰਾ ਹੈ ਜਿੱਥੇ ਆਪਾਂ ਤਾਜ ਮਹਿਲ ਦੇਖਣ ਨੂੰ ਜਾਂਦੇ ਹਾਂ ਠੀਕ ਹੈ ਇਹ ਕਿਸ ਨਦੀ ਦੇ ਕੰਢੇ ਵਸਿਆ ਹੋਇਆ ਹੈ ਤਾਂ ਇਹ ਵਸਿਆ ਹੋਇਆ ਹੈ ਜੀ ਜਮੁਨਾ ਨਦੀ ਦੇ ਕੰਢੇ ਠੀਕ ਹੈ অপਸ਼ਨ ਨੰਬਰ 4 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਜਮੁਨਾ ਆਗਰਾ ਜਿਹੜਾ ਜਮੁਨਾ ਨਦੀ ਦੇ ਕੰਢੇ ਵਸਿਆ ਹੋਇਆ ਹੈ ਠੀਕ ਹੈ ਨੈਕਸਟ ਕੁਸ਼ਚਨ ਦੇਖ ਮਹਾਤਮਾ ਗਾਂਧੀ ਦੁਆਰਾ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕਦੋਂ ਕੀਤੀ ਗਈ ਆਪਾਂ ਨੂੰ ਪਤਾ ਹੈ ਆਪਣੀ ਜਿਹੜੀ ਜਦੋਂ ਆਪਣੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸੰਘਰਸ਼ ਹੋਇਆ ਤਾਂ ਉਸ ਦੇ ਵਿੱਚ ਸਾਰੇ ਹੀ ਜਿੰਨੇ ਵੀ ਲੀਡਰਸ ਨੇ ਉਹਨਾਂ ਦਾ ਵੱਖ-ਵੱਖ ਯੋਗਦਾਨ ਰਿਹਾ ਉਹਨਾਂ ਦੇ ਵਿੱਚ ਮਹਾਤਮਾ ਗਾਂਧੀ ਇੱਕ ਸਨ ਠੀਕ ਹੈ ਉਹਨਾਂ ਨੇ ਜਿਹੜਾ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਉਹ ਕਦੋਂ ਕੀਤੀ ਸੀ ਜੇਕਰ ਆਪਸ਼ਨ ਵਾਈਜ਼ ਗੱਲ ਕਰੀਏ ਤਾਂ ਦੇਖੋ ਪਹਿਲਾ ਆਪਸ਼ਨ 13 April 1919 ਤਾਂ ਇਸ ਦਿਨ ਜਿਹੜਾ ਆਪਣਾ ਜਲਿਆਂਵਾਲਾ ਕਾਂਡ ਹੋਇਆ ਸੀਗਾ ਠੀਕ ਹੈ ਜੇ ਆਪਸ਼ਨ ਨੰਬਰ ਸੈਕੰਡ ਦੀ ਗੱਲ ਕਰੀਏ 23 March 1931 ਤਾਂ ਇਸ ਦਿਨ ਸ਼ਹੀਦ ਭਗਤ ਸਿੰਘ ਨੂੰ ਸ਼ਹੀਦੀ ਮਿਲੀ ਸੀ ਠੀਕ ਹੈ ਉਹਨਾਂ ਨੂੰ ਸ਼ਹੀਦ ਹੋਏ ਸਨ ਉਹ ਜੇ ਥਰਡ ਆਪਸ਼ਨ ਦੀ ਗੱਲ ਕਰੀਏ 8 August 1942 ਨੂੰ ਠੀਕ ਹੈ ਤਾਂ ਉਸ ਦਿਨ ਜਿਹੜੀਆਂ ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਠੀਕ ਹੈ ਤੇ ਲਾਸਟ ਆਪਸ਼ਨ ਦੇ ਵਿੱਚ ਜਿਹੜਾ 15 August ਦੇਸ਼ ਆਜ਼ਾਦ ਹੋਇਆ ਸੀ ਠੀਕ ਹੈ ਤਾਂ অপਸ਼ਨ ਨੰਬਰ ਜਿਹੜਾ ਹੈ 18 ਦਾ ਕੁਐਸਚਨ ਨੰਬਰ ਉਹ 8 ਅਗਸਤ 1947 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਮੰਨ ਲਓ ਤੁਹਾਨੂੰ ਕੁਐਸਚਨ ਦਾ ਆਨਸਰ ਨਹੀਂ ਆ ਰਿਹਾ ਤਾਂ ਤੁਸੀਂ ਆਪਸ਼ਨ ਨੂੰ ਐਲੀਮੀਨੇਟ ਕਰਕੇ ਜਿੱਦਾਂ ਪਹਿਲਾ ਆਪਸ਼ਨ ਨਹੀਂ ਹੋ ਸਕਦਾ ਸੈਕੰਡ ਵੀ ਨਹੀਂ ਹੋ ਸਕਦਾ ਦੋ ਦੇ ਵਿੱਚ ਚੁਆਇਸ ਰਹਿ ਗਈ ਤਾਂ ਦੋਨਾਂ ਦੇ ਵਿੱਚੋਂ ਇੱਕ ਨੂੰ ਚੂਜ਼ ਕਰਨਾ ਸੌਖਾ ਹੋ ਜਾਂਦਾ ਹੈ ਠੀਕ ਹੈ ਤਾਂ ਇਸ ਇਸ ਦੇ ਨਾਲ ਜ਼ਿਆਦਾ ਚਾਂਸ ਬਣ ਜਾਂਦੇ ਨੇ ਕਿ ਆਪਾਂ ਸਹੀ ਆਨਸਰ ਨੂੰ ਕਲਿੱਕ ਕਰੀਏ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਆਪਸ਼ਨ ਨੰਬਰ 3rd ਹੈ 8 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 19ਵਾਂ ਕੰਪਿਊਟਰ ਡੈਸ਼ ਤੋਂ ਬਿਨਾ ਕੰਮ ਨਹੀਂ ਕਰ ਸਕਦਾ ਠੀਕ ਹੈ ਜਿਹੜਾ ਆਪਣਾ ਕੰਪਿਊਟਰ ਹੈ ਉਹ ਡੈਸ਼ ਤੋਂ ਬਿਨਾ ਕੰਮ ਨਹੀਂ ਕਰ ਸਕਦਾ ਹੈਗਾ ਤਾਂ ਜਿਹੜਾ ਕੰਪਿਊਟਰ ਹੈ ਉਹ ਸੌਫਟਵੇਅਰ ਤੋਂ ਬਿਨਾ ਕੰਮ ਨਹੀਂ ਕਰ ਸਕਦਾ ਠੀਕ ਹੈ অপਸ਼ਨ ਨੰਬਰ 2 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਕੰਪਿਊਟਰ ਜਿਹੜਾ ਸੌਫਟਵੇਅਰ ਤੋਂ ਬਿਨਾ ਕੰਮ ਨਹੀਂ ਕਰ ਸਕਦਾ ਠੀਕ ਹੈ অপਸ਼ਨ ਨੰਬਰ 2 ਨੈਕਸਟ ਕੁਐਸਚਨ ਹੈ ਲਾਸਟ ਕੁਐਸਚਨ ਅੱਜ ਦਾ ਲਾਸਟ ਕੁਐਸਚਨ ਹੈ ਪ੍ਰਸਿੱਧ ਖਿਡਾਰੀ ਮਿਲਖਾ ਸਿੰਘ ਡੈਸ਼ ਮੀਟਰ ਦੀ ਦੌੜ ਲਈ ਜਾਣਿਆ ਜਾਂਦਾ ਹੈ ਆਪਾਂ ਨੂੰ ਪਤਾ ਹੈ ਆਪਣੇ ਜਿਹੜੇ ਖਿਡਾਰੀ ਨੇ ਮਿਲਖਾ ਸਿੰਘ ਠੀਕ ਹੈ ਉਹ ਬਹੁਤ ਪ੍ਰਸਿੱਧ ਹੋਏ ਸਨ ਪਿੱਛੇ ਹਨਾ ਪਿੱਛੇ ਲਾਸਟ ਦੇ ਵਿੱਚ ਉਹਨਾਂ ਦੀ ਹੁਣ ਲਾਸਟ ਈਅਰ ਡੈਥ ਵੀ ਹੋਈ ਜਾ ਉਹਨਾਂ ਦੀ 1 ਜੂਨ 2000 ਇੱਕੀ ਦੇ ਕਰੀਬ ਕੁਛ ਐਦਾਂ ਹਨਾ ਤਾਂ ਉਹ ਜਿਹੜੇ ਸਨ ਮਿਲਖਾ ਸਿੰਘ ਉਹਨਾਂ ਨੂੰ ਉਡਣਾ ਸਿੱਖ ਕੇ ਆ ਜਾਂਦਾ ਸੀ ਠੀਕ ਹੈ ਫਲਾਈਂਗ ਸਿੱਖ ਕੇ ਆ ਜਾਂਦਾ ਸੀ ਮਿਲਖਾ ਸਿੰਘ ਨੂੰ ਤਾਂ ਉਹ ਕਿੰਨੇ ਮੀਟਰ ਦੀ ਦੌੜ ਲਈ ਜਾਣੇ ਜਾਂਦੇ ਸਨ ਤਾਂ ਉਹ ਜਾਣੇ ਜਾਂਦੇ ਸਨ ਜੀ 400 ਮੀਟਰ ਦੀ ਦੌੜ ਲਈ ਠੀਕ ਹੈ 400 ਮੀਟਰ ਦੀ ਦੌੜ ਦੇ ਲਈ ਉਹ ਪ੍ਰਸਿੱਧ ਸਨ ਤਾਂ ਆਪਸ਼ਨ ਨੰਬਰ 1 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਜਿਹੜੇ ਜੀਕੇ ਦੇ ਕੁਐਸਚਨ ਨੇ ਉਹਦੇ ਵਿੱਚੋਂ ਆਪਣੇ ਕੋਲ ਜੀਕੇ ਸਪੋਰਟਸ ਦੇ ਵਿੱਚੋਂ ਸਾਇੰਸ ਦੇ ਵਿੱਚੋਂ ਇਨਵੈਂਸ਼ਨ ਦੇ ਵਿੱਚੋਂ ਇਹਨਾਂ ਸਾਰਿਆਂ ਦੇ ਵਿੱਚੋਂ ਕੁਐਸਚਨ ਆਣਗੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਸੀ 400 ਮੀਟਰ ਅੱਗੇ ਮੈਂ ਹੁਣ ਸੋਚ ਰਹੀਆਂ ਕਿ ਆਪਾਂ ਜਿਹੜੀ ਸਟੈਟਿਕ ਜੀਕੇ ਦੀ ਟੋਪਿਕ ਵਾਈਜ਼ ਸੀਰੀਜ਼ ਸ਼ੁਰੂ ਕਰੀਏ ਜਿਦੇ ਵਿੱਚ ਕਿ ਪਹਿਲਾਂ ਪੰਜਾਬ ਦੇ ਜ਼ਿਲ੍ਹਿਆਂ ਬਾਰੇ ਫਿਰ ਭਾਰਤ ਦੇ ਸਾਰੇ ਸਟੇਟਸ ਬਾਰੇ ਹਨਾ ਤੇ ਇਨਵੈਂਸ਼ਨ ਹੋਗੇ ਵਾਤਾਵਰਣ ਹੋਗੇ ਇਹਨਾਂ ਦੀ ਅਲੱਗ-ਅਲੱਗ ਵੀਡੀਓਜ਼ ਬਣਾਈਆਂ ਜਾਣ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿ ਉਹ ਸੀਰੀਜ਼ ਸ਼ੁਰੂ ਕਰਨੀ ਚਾਹੀਦੀ ਹੈ ਆਪਾਂ ਨੂੰ ਕਿ ਤੁਸੀਂ ਉਹ ਸੀਰੀਜ਼ ਦੇਖਣਾ ਪਸੰਦ ਕਰੋਗੇ ਫਿਰ ਆਪਾਂ ਉਹ ਲਈ ਜਿਹੜੀ ਸੀਰੀਜ਼ ਹੈ ਸ इंडिया ठीक है अलग तो टॉपिक कराया जावेगा डैम सीन पंजाब उदा अलग सारे मतलब ਤੁਹਾਡੇ ਟਾਪਿਕ ਕੀ ਕੀ ਕਰਕੇ ਕਵਰ ਹੋ ਜਾਣਗੇ ਸਾਰੀ ਜੀਕੇ ਕਵਰ ਹੋ ਜੇਗੀ ਅਸਕੋਰਡਿੰਗ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਮੈਸੇਜ ਕਰਕੇ ਜਰੂਰ ਦੱਸਿਓ ਠੀਕ ਹੈ ਤਾਂ ਜਿਹੜਾ ਅੱਜ ਦਾ ਕੁイズ ਕੁਐਸਚਨ ਹੈ ਜਿਸ ਦਾ ਕਿ ਤੁਸੀਂ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਉਹ ਹੈਗਾ ਜੀ ਲੋ ਪੁਰਸ਼ ਕਿਸ ਨੂੰ ਕਹਿੰਦੇ ਹਨ ਠੀਕ ਹੈ ਹੂ ਇਸ ਕਾਲਡ ਆਇਰਨ ਮੈਨ ਆਫ ਇੰਡੀਆ ਠੀਕ ਹੈ ਤਾਂ অপਸ਼ਨ ਨੇ ਸਰਦਾਰ ਵੱਲਾ ਭਾਈ ਪਟੇਲ ਲਾਲਾ ਲਾਜਪਤ ਰਾਏ ਮਹਾਤਮਾ ਗਾਂਧੀ ਬੀਪਿੰਚੰਦਰ ਪਾਲ ਤੇ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਜਿਹੜਾ ਰਾਈਟ ਆਨਸਰ ਹੈ ਠੀਕ ਹੈ ਜਿਨ੍ਹਾਂ ਨੂੰ ਆਇਰਨ ਮੈਨ ਆਫ ਇੰਡੀਆ ਕਹਿੰਦੇ ਨੇ ਲੋਹ ਪੁਰਸ਼ ਤਾਂ ਉਹ ਜਿਹੜਾ ਤੁਸੀਂ ਰਾਈਟ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਠੀਕ ਹੈ ਤੇ ਸਾਰੇ ਹੀ ਪਾਰਟਿਸਿਪੇਟ ਕਰਿਆ ਕਰੋ ਦੇਖ ਕੇ ਵਧੀਆ ਲੱਗਦਾ ਇੱਕ ਵਧੀਆ ਮੋਟੀਵੇਸ਼ਨ ਮਿਲਦੀ ਹੈ ਕਿ ਬੱਚੇ ਨੂੰ ਜਿਹੜੀ ਆਪਣੀ ਵੀਡੀਓ ਅੱਛੀ ਲੱਗਦੀ ਹੈ ਠੀਕ ਹੈ ਤਾਂ ਇਸ ਕਰਕੇ ਜਰੂਰ ਕਮੈਂਟ ਕਰਿਆ ਕਰੋ ਤਾਂ ਇਹ ਸੀਗੀ ਅੱਜ ਦੀ ਵੀਡੀਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਠੀਕ ਹੈ ਤੇ ਬਾਕੀ ਜੇਕਰ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ ਜਾਂ ਸੁਜੈਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਬੇਝਿਜਕ ਹੋ ਕੇ ਲਿਖ ਸਕਦੇ ਹੋ ਤਾਂ ਇਹ ਸੀ ਗਿਆ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਥੈਂਕ ਯੂ